ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਅੱਜ ਬਹੁਤ ਹੀ ਵਿਸ਼ੇਸ਼ ਰਿਪੋਰਟ ਲੈ ਕੇ ਆਇਆ। ਇਹ ਹੈਗੀ ਹੈ ਲੋਕਤੰਤਰ ਨਾਲ ਰਿਲੇਟਡ। ਮੈਂ ਖੜ੍ਹਾ ਚੰਡੀਗੜ੍ਹ ਪ੍ਰੈਸ ਕਲੱਬ ਦੇ ਦਰਾਂ ਦੇ ਸਾਹਮਣੇ। ਤੁਸੀਂ ਪਿੱਛੇ ਵੇਖ ਸਕਦੇ ਹੋ ਬੋਰਡ ਆ, ਅਤੇ ਇੱਥੇ ਮਾਹੌਲ ਗਰਮਾਇਆ ਹੋਇਆ ਚੋਣਾਂ ਦਾ, ਉਹਦੇ ਬਾਰੇ ਇਹ ਸਾਰੀ ਜਾਣਕਾਰੀ ਤੁਹਾਨੂੰ ਦਿਆਂਗੇ, ਰਿਪੋਰਟ ਦਿਆਂਗੇ। ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬਰ ਸਾਹਿਬ। ਇਸ ਖਬਰ 'ਚ ਤੁਹਾਨੂੰ ਦੱਸਾਂਗੇ ਕਿ ਪ੍ਰੈਸ ਕਲੱਬ ਦੇ ਵਿੱਚ ਚੋਣਾਂ ਦੌਰਾਨ ਮਾਹੌਲ ਕੀ ਸਿਰਜਿਆ ਹੋਇਆ। ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਪੱਤਰਕਾਰ ਵੀ ਲੋਕਤੰਤਰ ਦੇ ਵਿੱਚ ਦੀ ਵਿਚਰਦੇ ਹੋਏ ਇੱਕ ਦੂਜੇ ਨਾਲ ਕਿਵੇਂ ਆਪਣਾ ਕੰਪਟੀਸ਼ਨ ਕਰਦੇ ਹੈ, ਵੋਟਾਂ ਖਿੱਚਦੇ ਹੈ, ਅਤੇ ਫਿਰ ਪ੍ਰਧਾਨਗੀ ਜਨਰਲ ਸਕੱਤਰ, ਸਕੱਤਰ, ਵਾਈਸ ਪ੍ਰੈਜ਼ੀਡੈਂਟ ਉਹਦੇ ਲਈ ਵੋਟਾਂ ਦਾ ਸਾਹਮਣਾ ਕਰਦੇ ਹੈ। ਇਹ ਪ੍ਰੈਸ ਕਲੱਬ ਬਣਿਆ ਜੀ 1980 'ਚ, ਜਦੋਂ ਕਿ ਕੁਛ ਜਿਹੜੇ ਐਕਟਿਵ ਮੈਂਬਰ ਸੀ ਉਹਨਾਂ ਨੇ ਇਕੱਠੇ ਹੋ ਕੇ ਸਰਕਾਰ ਤੋਂ ਇਹ ਜ਼ਮੀਨ ਲਈ, ਸਬਸਿਡਾਈਜ਼ਡ ਰੇਟ 'ਤੇ ਕਹਿ ਲਓ ਜਾਂ ਲੀਜ਼ 'ਤੇ ਕਹਿ ਲਓ। ਫਿਰ ਉਸ ਤੋਂ ਬਾਅਦ ਚੱਲ ਸੋ ਚੱਲ, ਇਹ ਇੱਕ ਸਿਰਮੌਰ ਕਲੱਬ ਆ। ਇਹ ਪ੍ਰੈਸ ਕਲੱਬ ਆਫ ਇੰਡੀਆ ਦਿੱਲੀ ਤੋਂ ਵੀ ਜ਼ਿਆਦਾ ਵਧੀਆ, ਔਰ ਇਹਦਾ ਜਿਹੜਾ ਇੱਥੇ ਐਡਮਿਨਿਸਟ੍ਰੇਸ਼ਨ ਆ, ਪ੍ਰਬੰਧ ਹੈ, ਉਹ ਦਿੱਲੀ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ, ਭਾਵੇਂ ਇੱਥੋਂ ਦੀ ਗਿਣਤੀ ਮੈਂਬਰਸ ਦੀ ਘੱਟ ਆ। ਤੁਹਾਨੂੰ ਨਾਲ ਨਾਲ ਕਲੱਬ ਵਿਖਾਵਾਂਗੇ ਅਤੇ ਨਾਲ ਨਾਲ ਤੁਹਾਨੂੰ ਕਲੱਬ ਦੀਆਂ ਪ੍ਰਾਪਤੀਆਂ ਬਾਰੇ ਦੱਸਾਂਗੇ। ਇਹ ਪ੍ਰਾਪਤੀਆਂ ਹੋਣਗੀਆਂ ਵਿਸ਼ੇਸ਼ ਕਰਕੇ ਸੌਰਭ ਦੁੱਗਲ ਦੇ ਸਮੇਂ ਦੀਆਂ, ਜਿਨ੍ਹਾਂ ਨੇ 2 ਸਾਲ ਲਗਾਤਾਰ ਪ੍ਰਧਾਨਗੀ ਕੀਤੀ, ਅਤੇ ਉਹਨਾਂ ਦੀ ਜਿਹੜੀ ਟੀਮ ਆ ਇਸ ਵਾਰੀ ਫੇਰ ਮੈਦਾਨ 'ਚ ਹੈ, ਅਤੇ ਦੂਜੇ ਪਾਸੇ ਵਿਰੋਧੀ ਵੀ ਹੈਗੇ ਆ, ਪੂਰਾ ਕੈਂਪੇਨ ਚੱਲ ਰਿਹਾ। ਅਤੇ ਆਓ ਹੁਣ ਆਪਾਂ ਅੱਗੇ ਨੂੰ ਕਲੱਬ ਦਾ ਦੌਰਾ ਕਰਦੇ ਹਾਂ, ਨਾਲ ਨਾਲ ਤੁਹਾਨੂੰ ਸਾਰੀ ਗੱਲਬਾਤ ਅੰਕੜੇ ਸੁਣਾਉਂਦੇ ਹਾਂ। ਲਓ ਦਰਸ਼ਕੋ, ਤੁਹਾਨੂੰ ਸਭ ਤੋਂ ਪਹਿਲਾਂ ਚੰਡੀਗੜ੍ਹ ਪ੍ਰੈਸ ਕਲੱਬ ਦੇ ਦਰਸ਼ਨ ਕਰਾ ਦਿੰਦੇ ਹਾਂ। ਆਹ ਹੈਗਾ ਨਵਾਂ ਬਣਿਆ ਵਾਸ਼ਰੂਮ, ਬਹੁਤ ਹੀ ਮਾਡਰਨ। ਇਹਦੇ ਵਿੱਚ ਮਿਊਰਲਸ ਜਿਹੜੇ ਲੱਗੇ ਆ, ਤੁਹਾਨੂੰ ਅੰਦਰੋਂ ਵੀ ਚੱਕਰ ਲਵਾ ਕੇ ਵਿਖਾਵਾਂਗੇ। ਇਹ ਜਿਹੜੇ ਮਿਊਰਲਸ ਬਣੇ ਆ, ਜਿਹਨੂੰ ਕਹਿ ਦਿਓ ਵੀ ਤਸਵੀਰਾਂ ਬਣੀਆਂ, ਇਹ ਜਿਹੜੇ ਬੱਚੇ ਅੰਡਰ ਪ੍ਰਿਵਿਲੇਜ ਦਾ ਧਨਾਸ ਕਲੋਨੀ 'ਚ ਰਹਿੰਦੇ ਗਰੀਬ ਬੱਚੇ, ਉਹਨਾਂ ਦੇ ਹੱਥਾਂ ਨਾਲ ਬਣੀਆਂ। ਆਹ ਦੇਖੋ ਕਿੰਨੀ ਸੋਹਣੀ ਪੇਂਟਿੰਗ ਆ, ਇਹ ਮੈਨੂੰ ਕਹਿੰਦੇ ਮਿਊਰਲਸ ਫਰੋਮ ਅੰਡਰ ਪ੍ਰਿਵਿਲੇਜ ਚਿਲਡਰਨ। ਅਤੇ ਨਾਲ ਫਿਰ ਤੁਸੀਂ ਇੱਧਰ ਵੇਖੋ, ਆਹ ਸਾਹਮਣੇ ਜਿਹੜੀ ਹੈ ਟੋਇਜ਼ ਫੋਰ ਦੀ ਚਿਲਡਰਨ, ਕਿੰਨਾ ਸੋਹਣਾ ਲੋਨ, ਉੱਧਰ ਗੱਡੀਆਂ ਲਈ ਪਾਰਕਿੰਗ, ਅਤੇ ਫਿਰ ਉਹਦੇ ਪਿੱਛੇ ਟੈਨਿਸ ਗਰਾਊਂਡ, ਨਾਲ ਇੱਧਰ ਕੋਈ ਫੰਕਸ਼ਨ ਕਰਨਾ ਹੋਵੇ ਇੱਕ ਲੋਨ ਬਹੁਤ ਵੱਡਾ, ਤੁਹਾਨੂੰ ਹੌਲੀ ਹੌਲੀ ਚੱਲ ਕੇ ਵਿਖਾਵਾਂਗੇ। ਅਤੇ ਆਹ ਹੈਗੀ ਆ ਮੇਨ ਬਿਲਡਿੰਗ, ਜਿਹੜੀ ਕਿ ਕਲੱਬ ਦੀ ਪੁਰਾਣੀ ਬਿਲਡਿੰਗ, ਅਤੇ ਇਸ ਸਾਰੇ ਦਰਸ਼ਨ ਤੁਸੀਂ ਕਰ ਲਓ, ਵੇਖ ਲਓ। ਅਤੇ ਇਹਦੇ ਨਾਲ ਪੈਂਦਾ ਹੈ ਜੀ ਸੈਕਟਰ 27, ਬਹੁਤ ਹੀ ਪੌਸ਼ ਸੈਕਟਰ ਹੈ, ਪੁਰਾਣਾ ਸੈਕਟਰ ਹੈ, ਇੱਥੇ ਬਹੁਤ ਅਮੀਰ ਲੋਕ ਇਸ ਏਰੀਏ ਦੇ ਵਿੱਚ ਰਹਿੰਦੇ ਆ। ਅਤੇ ਨਾਲ ਫਿਰ ਤੁਹਾਨੂੰ ਦਿਖਾਉਂਦੇ ਹਾਂ ਜੀ ਆਹ ਜਿਹੜਾ ਰਸਤਾ ਜਾਂਦਾ ਸਵਿਮਿੰਗ ਪੂਲ ਨੂੰ, ਸਵਿਮਿੰਗ ਪੂਲ ਵੀ ਇੰਡੀਪੈਂਡੈਂਟ ਹੈ, ਇਹ ਵੀ ਕਲੱਬ ਦੀ ਮੈਨੇਜਮੈਂਟ ਨੇ ਜਿਹੜੀ ਪੁਰਾਣੀ ਸੀ ਉਹਨਾਂ ਨੇ ਬਣਾਇਆ। ਸੋ ਦਿਸ ਇਜ਼ ਦੀ ਲੋਨ। ਆਹ ਜਨਰੇਟਿੰਗ ਜਨਰੇਟਰ ਆ ਆਪਣਾ ਇੰਡੀਪੈਂਡੈਂਟ, ਜੇ ਬਿਜਲੀ ਚਲੀ ਜਾਵੇ। ਸੋ ਦੇਰ ਇਜ਼ 24 ਆਵਰ ਇਲੈਕਟ੍ਰਿਸਿਟੀ ਸਪਲਾਈ। ਬਾਕੀ ਤੁਹਾਨੂੰ ਉੱਪਰ ਚੱਲ ਕੇ ਵਿਖਾਉਂਦੇ ਹਾਂ ਕਿ ਕਿਵੇਂ ਸੋਲਰ ਸਿਸਟਮ ਇੱਥੇ ਲਾਇਆ ਗਿਆ, ਅਤੇ ਜਿਹੜੀ ਮੈਨੇਜਮੈਂਟ ਇਹਨਾਂ ਨੇ ਪਿਛਲੇ 2 ਸਾਲ 'ਚ ਤਾਂ ਖਾਸ ਕਰਕੇ ਬਹੁਤ ਹੀ ਵਧੀਆ ਕੰਮ ਕੀਤਾ, ਅਤੇ ਪਿਛਲੇ 7 ਸਾਲ ਤੋਂ ਤੁਹਾਨੂੰ ਦੱਸ ਦਈਏ ਕਿ 85 ਲੱਖ FD ਸੀ ਪਹਿਲਾਂ, 2 FD ਸੀਗੀਆਂ, ਟੋਟਲ 85 ਲੱਖ, ਅਤੇ ਅੱਜ ਇਸ ਕਲੱਬ ਕੋਲ 2.58 ਕਰੋੜ ਦੀ FD ਆ। ਅਤੇ ਜੋ ਹੁਣ ਇਹਦੇ ਵਿੱਚ FD 'ਚ ਵਿਆਜ ਆਉਂਦਾ ਉਹਨੂੰ ਵਰਤਿਆ ਨਹੀਂ ਜਾਂਦਾ। ਪਿਛਲੇ 2 ਸਾਲ 'ਚ ਜਦੋਂ ਸੌਰਭ ਦੁੱਗਲ ਇਹਦਾ ਪ੍ਰਧਾਨ ਸੀਗਾ, ਕੁੱਲ ਪ੍ਰੋਫਿਟ ਹੋਇਆ ਕਲੱਬ ਨੂੰ 60 ਲੱਖ ਰੁਪਏ।
ਅਤੇ ਤੁਹਾਨੂੰ ਹੌਲੀ ਹੌਲੀ ਹੋਰ ਸਾਰੇ ਅੰਕੜੇ ਦਿੰਦੇ ਚੱਲਾਂਗੇ। ਆਪਾਂ ਹੁਣ ਚੱਲਦੇ ਹਾਂ ਟੋਪ ਫਲੋਰ 'ਤੇ ਉੱਪਰ, ਤੁਹਾਨੂੰ ਉੱਥੇ ਬਾਰ ਵਿਖਾਵਾਂਗੇ, ਨਾਲ ਨਾਲ ਤੁਹਾਨੂੰ ਹੇਠਲਾ ਜਿਹੜਾ ਫੈਮਿਲੀ ਹਾਲ ਉਹ ਵੀ ਦਿਖਾਵਾਂਗੇ। ਆਓ ਲੈਟਸ ਮੂਵ ਇਨਸਾਈਡ ਦੀ ਕਲੱਬ। ਹੁਣ ਅਸੀਂ ਪਹੁੰਚ ਗਏ ਹਾਂ ਕਲੱਬ ਦੇ ਟੈਰਿਸ 'ਤੇ, ਉੱਪਰ ਨਜ਼ਰ ਮਾਰੋ, ਉਹ ਹੈਗਾ ਸੋਲਰ ਯੂਨਿਟ। ਇਸ ਸੋਲਰ ਯੂਨਿਟ ਦੇ ਵਿੱਚ 95 ਕਿਲੋ ਵਾਟ ਇਲੈਕਟ੍ਰੀ ਪੈਦਾ ਹੁੰਦੀ ਆ, ਅਤੇ ਇਹ 'ਤੇ ਲੱਗਿਆ ਹੈ ਜੀ 42 ਲੱਖ ਰੁਪਈਆ। ਅਤੇ ਨਾਲ ਆ ਇੱਕ ਹੋਰ ਯੂਨਿਟ ਹੈ, 3 ਫੇਜ਼ ਦੇ ਵਿੱਚ ਯੂਨਿਟ ਲਾਏ ਗਏ, ਦਿਸ ਵਨ, ਦੈਟ ਵਨ, ਅਤੇ ਫਿਰ ਉਹ ਸਾਹਮਣੇ ਵੇਖੋ। ਇਹਦੇ ਨਾਲ ਸਾਲ ਦੀ ਜਿਹੜੀ ਬਿਜਲੀ ਦੀ ਬੱਚਤ ਹੈ, ਉਮੀਦ ਹੈ 8 ਤੋਂ 9 ਲੱਖ ਰੁਪਏ ਐਵਰੀ ਈਅਰ ਹੋਏਗੀ। ਦੈਨ ਯੂ ਸੀ ਦਿਸ ਸਵਿਮਿੰਗ ਪੂਲ, ਹਜੇ ਚਾਲੂ ਹੋਣਾ, ਗਰਮੀਆਂ ਆਲਮੋਸਟ ਆ ਗਈਆਂ, ਸਫਾਈ ਸਫੂਈ ਹੋ ਰਹੀ ਆ। ਅਤੇ ਆਹ ਹੈਗਾ ਇਹਨਾਂ ਦਾ ਟੈਰਸ 'ਤੇ ਬਹੁਤ ਸੋਹਣਾ ਇੱਕ ਬੈਠਣ ਦਾ ਪ੍ਰਬੰਧ, ਬੜੀ ਅੱਛੀ ਸਰਵਿਸ ਹੈ ਇੱਥੇ। ਤੁਸੀਂ ਜਦੋਂ ਮੀਂਹ ਪੈਂਦਾ ਹੋਵੇ ਖਾਸ ਕਰਕੇ, ਅਤੇ ਤੁਸੀਂ ਇੱਥੇ ਬਹਿ ਕੇ ਭੋਜਨ ਛਕੋ, ਅਤੇ ਜੋ ਤੁਸੀਂ ਬਰੇਵਰੇਜ ਲੈਣੀ ਆ, ਜੋ ਠੰਡਾ ਤੱਤਾ ਪੀਣਾ ਸਮਝ ਕੇ ਹੋਵੋਗੇ, ਉਹ ਇੱਥੇ ਬਹਿ ਕੇ ਪੀਓ। ਉੱਤੋਂ ਕਣੀਆਂ ਡਿੱਗਦੀਆਂ, ਕਿਣ ਕਿਣ ਦੀ ਆਵਾਜ਼ ਆਉਂਦੀ ਹੈ, ਵੰਡਰਫੁੱਲ ਬਿਊਟੀਫੁੱਲ ਪਲੇਸ, ਔਰ ਬਹੁਤ ਆਨੰਦ ਮਿਊਜ਼ਿਕ ਜਿਹਨੂੰ ਕਹਿੰਦੇ ਸੰਗੀਤਮਈ ਸ਼ਾਮ ਇੱਥੇ ਗੁਜ਼ਾਰੀ ਜਾ ਸਕਦੀ ਹੈ। ਅਤੇ ਬਾਕੀ ਤੁਹਾਨੂੰ ਹੋਰ ਸੁਣਾਉਂਦੇ ਹਾਂ, ਆ ਜਾਓ ਕਿ ਬਾਹਰ ਵਿਖਾਉਂਦੇ ਆ ਜਾਓ ਕੰਮ। ਇਹ ਹੈ ਜੀ ਦੋਸਤੋ ਬਾਰ, ਇਹਦਾ ਨਾਂ ਰੱਖਿਆ 4th ਸਟੇਜ, ਯਾਨੀ ਕਿ ਲੋਕਤੰਤਰ ਦਾ 4th ਸਤੰਭ ਜਿਹਨੂੰ ਕਹਿੰਦੇ ਆ, ਉਹ ਜਰਨਲਿਜ਼ਮ ਨੂੰ ਗਿਣਦੇ ਆ। ਆ ਜਾਓ ਅੰਦਰ ਚੱਲਦੇ ਹਾਂ, ਤੁਹਾਨੂੰ ਦੱਸਦੇ ਹਾਂ ਕਿ ਕਿਹੋ ਜਿਹਾ ਵਧੀਆ ਬਾਰ, ਕਿਸ ਕਿਸਮ ਦੀ, ਯਾਨੀ ਕਿ ਡਿਫਰੈਂਟ ਟਾਈਪਸ ਦੀ ਇੱਥੇ ਦਾਰੂ ਮਿਲਦੀ ਆ। ਸੋ ਦੈਟ ਇਜ਼ ਦੀ ਬਾਰ। ਸੋ ਇੱਥੇ ਸਾਰੀਆਂ ਸੇਵਾਵਾਂ ਹੈਗੀਆਂ। ਸੋ ਅੱਗੇ ਤੁਹਾਨੂੰ ਦੱਸ ਦਈਏ ਬਈ, ਇਸ ਕਲੱਬ ਦੇ ਮੈਂਬਰ ਜਿਹੜੇ ਐਲੀਜੀਬਲ ਫਾਰ ਵੋਟਿੰਗ ਹੈਗੇ ਆ 714 ਇਸ ਵਾਰ, ਕੈਂਡੀਡੇਟ ਮੈਂਬਰ 100 ਅਤੇ ਐਸੋਸੀਏਟ ਕਾਰਪੋਰੇਟ ਮੈਂਬਰ 200। ਅਤੇ 2009 ਤੋਂ ਇਹਦੇ 'ਚ ਜਿਹੜਾ ਵੈਲਫੇਅਰ ਫੰਡ ਦੀ ਫੀਸ ਰੱਖੀ ਗਈ 800 ਰੁਪਇਆ। 2024 ਤੋਂ ਜਿਹੜਾ ਸਟਾਫ ਹੈ 45 ਮੈਂਬਰ, ਉਹਨਾਂ ਨੂੰ ਗ੍ਰੈਚੁਟੀ ਦੀ ਜਿਹੜੀ ਫੈਸਿਲਿਟੀ ਆ ਉਹ ਦੇਤੀ ਗਈ ਆ। ਡਿਜ਼ੀਜ਼, ਜਦੋਂ ਕੋਈ ਪੱਤਰਕਾਰ ਸੁਰਗਵਾਸ ਹੋ ਜਾਂਦਾ ਉਹਦੇ ਪਰਿਵਾਰ ਨੂੰ ਸਹਾਇਤਾ ਆਰਥਿਕ ਦਿੱਤੀ ਜਾਂਦੀ ਆ। ਪਹਿਲਾਂ 75,000 ਰੁਪਇਆ ਦਿੱਤੀ ਜਾਂਦੀ ਸੀ 2017 'ਚ, ਅਤੇ ਹੁਣ 1,50,000 ਰੁਪਏ ਨੂੰ ਵਧਾ ਕੇ ਕਰ ਦਿੱਤਾ ਗਿਆ। ਉਹ ਬਾਰ ਹੈ, ਸਕੋਚ ਵੀ ਹੈ, ਬੀਅਰ ਔਲ ਟਾਈਪਸ, ਔਰ ਇਹ ਰਾਤ ਦੇ 11:30-11:30 ਵਜੇ ਤੱਕ ਖੁੱਲ੍ਹਾ ਰਹਿੰਦਾ। ਹੁਣ ਆਪਾਂ ਪਹੁੰਚ ਗਏ ਹਾਂ ਜਿਮ ਦੇ ਵਿੱਚ। ਇਸ ਜਿਮ ਨੂੰ ਸੌਰਭ ਦੁੱਗਲ ਦੇ ਟੈਨਿਊਰ 'ਚ ਅਪਗ੍ਰੇਡ ਕਰਤਾ ਗਿਆ ਜੀ, 4 ਲੱਖ ਰੁਪਏ ਐਡੀਸ਼ਨ ਲਾ ਕੇ। ਸੋ ਇਹ ਏਸੀ ਇੱਥੇ, ਯਾਨੀ ਕਿ ਏਅਰ ਕੰਡੀਸ਼ਨਡ ਜਿਮ ਆ, ਤੁਸੀਂ ਆ ਕੇ ਫਰੀਲੀ ਵਿਦਾਊਟ ਐਨੀ ਕੋਸਟ, ਵਿਦਾਊਟ ਐਨੀ ਫੀਸ ਕਸਰਤ ਕਰ ਸਕਦੇ ਹੋ। ਤੁਹਾਨੂੰ ਹੋਰ ਦੱਸਦਾ ਚੱਲਾਂ ਕਿ ਇਸ ਮੈਨੇਜਮੈਂਟ ਨੇ ਸਟਾਫ ਦੀ ਤਨਖਾਹ ਦੇ ਵਿੱਚ ਹਰ ਸਾਲ 10% ਇਨਕਰੀਜ਼ ਕਰਨਾ ਡਿਸਾਈਡ ਕੀਤਾ। ਅਤੇ ਫਿਰ ਅੱਗੇ ਇਹਨਾਂ ਨੇ ਫੈਸਲਾ ਕੀਤਾ ਕਿ ਇਹਨਾਂ ਸਟਾਫ ਮੈਂਬਰਸ ਦੇ ਵਿੱਚ ਜਿਨ੍ਹਾਂ ਦੇ ਜ਼ਿਆਦਾਤਰ ਵੇਟਰਸ ਨੇ ਜਾਂ ਕੁੱਕਸ ਨੇ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ 50,000 ਰੁਪਈਆ ਪਰ ਈਅਰ 0% ਇੰਟਰਸਟ 'ਤੇ ਲੋਨ ਦਿੱਤਾ ਜਾਏਗਾ। ਅਤੇ ਫਿਰ ਉਹ ਜਿਹੜੇ ਬੱਚੇ ਹੈ ਸਟਾਫ ਦੇ, ਜੇ ਫੋਰ ਐਗਜ਼ਾਮਪਲ ਮਾਲੀ ਹੈ, ਕੋਈ ਲਾਂਗਰੀ ਹੈ, ਵੇਟਰ ਹੈ, ਜਿਹੜੇ ਉਹਨਾਂ ਦੇ ਪਰਿਵਾਰ ਦੇ ਬੱਚੇ ਕੱਲ੍ਹ ਨੂੰ ਕਹਿਣ ਵੀ ਸਾਨੂੰ ਪਾਪਾ ਦੇ ਨਾਲ ਜੋਬ ਦੇ ਦਿਓ, ਇਹ ਕਹਿੰਦੇ ਨੋ, ਤੁਹਾਨੂੰ ਲੋਨ ਦੇ ਰਹੇ ਹਾਂ, ਤੁਸੀਂ ਪੜ੍ਹੋ, ਜ਼ਿੰਦਗੀ ਦੇ ਵਿੱਚ ਤਰੱਕੀ ਕਰੋ, ਅਤੇ ਫਿਰ ਤੁਹਾਨੂੰ ਜੋਬ ਉੱਪਰ ਲਈ ਮਿਲਣੀ ਚਾਹੀਦੀ ਹੈ, ਹੇਠਲੀ ਨਹੀਂ। ਸੋ ਉਸ ਦੇ ਵਿੱਚ ਇਹਨਾਂ ਦੀ ਜਿਹੜੀ ਭਾਵਨਾ ਬਹੁਤ ਅੱਛੀ ਹੈ। ਅਤੇ ਇਹਨਾਂ ਨੇ ਅੱਗੇ ਇੱਕ ਚੀਜ਼ ਧਾਰਨਾ ਕੀਤੀ ਹੈ
ਕਿ ਅਸੀਂ ਪੋਲੀਟੀਸ਼ੀਅਨਸ ਕੋਲ ਜਾ ਕੇ ਬੈਗਿੰਗ ਨਹੀਂ ਕਰਾਂਗੇ। ਇੱਕ ਟ੍ਰੈਡੀਸ਼ਨ ਰਹੀ ਹੈ, ਇੱਕ ਪ੍ਰੈਸੀਡੈਂਟ ਰਿਹਾ ਕਿ ਸਿਆਸਤਦਾਨ ਬੁਲਾ ਲਓ ਮੰਤਰੀ ਨੂੰ, ਕਿਸੇ ਚੀਫ ਮਿਨਿਸਟਰ ਨੂੰ, ਉਹਨੂੰ ਕਹੋ ਜੀ ਆਓ ਤੁਸੀਂ ਸਾਡੇ ਨਾਲ ਇੱਥੇ ਪ੍ਰੈਸ ਕਾਨਫਰੰਸ ਵੀ ਕਰੋ ਅਤੇ ਸਾਨੂੰ ਗ੍ਰਾਂਟ ਵੀ ਦੇ ਜਾਓ। ਕੋਈ 20 ਲੱਖ, ਕੋਈ 10 ਲੱਖ ਇੱਦਾਂ ਗ੍ਰਾਂਟ ਪਹਿਲਾਂ ਲਈ ਜਾਂਦੀ ਸੀ। ਸੋ ਇਸ ਮੈਨੇਜਮੈਂਟ ਨੇ ਇਹ ਧਾਰਨਾ ਕੀਤੀ ਆ ਕਿ ਅਸੀਂ ਮੰਗਣ ਨਹੀਂ ਜਾਣਾ। ਕੋਈ ਪੋਲੀਟੀਸ਼ੀਅਨ ਆਉਂਦਾ, ਪ੍ਰੈਸ ਕਾਨਫਰੰਸ ਕਰਨਾ ਚਾਹੁੰਦਾ, ਮੈਂਬਰਸ ਨਾਲ ਗੱਲਬਾਤ ਕਰਨਾ ਚਾਹੁੰਦਾ, ਹੀ ਇਜ਼ ਵੈਲਕਮ, ਬਟ ਟੂ ਸੇ ਕਿ ਸਾਨੂੰ ਗ੍ਰਾਂਟ ਦਿਓ, ਨਹੀਂ ਅਸੀਂ ਨਹੀਂ ਲੈਣੀ। ਦੂਜੀ ਗੱਲ, ਗ੍ਰਾਂਟ ਇਹਨਾਂ ਨੂੰ ਮਿਲੀ ਹੈ ਗਵਰਨਰ ਤੋਂ, ਪੰਜਾਬ ਦਾ ਗਵਰਨਰ, UT ਐਡਮਿਨਿਸਟ੍ਰੇਟਰ ਜਿਹੜੇ ਕਿ ਪੁਰੋਹਿਤ ਸਾਹਿਬ ਆ, 61 ਲੱਖ ਰੁਪਈਆ ਗ੍ਰਾਂਟ ਉਹਨਾਂ ਨੇ ਦਿੱਤੀ ਹੈ, ਜਿਹੜੇ ਕਿ ਇੱਕ ਕੌਂਸਟੀਟਿਊਸ਼ਨਲ ਹੈੱਡ ਨੇ। ਹੀ ਇਜ਼ ਨਾਟ ਅ ਜਿਹਨੂੰ ਕਹਿੰਦੇ ਆ ਪੋਲੀਟੀਸ਼ੀਅਨ, ਆਮ ਜਿਹੜਾ ਗਿਣਿਆ ਜਾਂਦਾ ਕੋਈ ਮੰਤਰੀ ਹੈ ਕਿਸੇ ਪਾਰਟੀ ਦਾ। ਸੋ ਇਸ ਕਿਸਮ ਦਾ, ਇਸ ਮੈਨੇਜਮੈਂਟ ਦਾ ਜਿਹਦੀ ਅਗਵਾਈ ਸੌਰਭ ਦੁੱਗਲ ਨੇ 2 ਸਾਲ ਕੀਤੀ ਆ, ਅਤੇ ਹੁਣ ਉਹਦੀ ਟੀਮ ਕੰਟੈਸਟ ਕਰ ਰਹੀ ਆ, ਅਤੇ ਉਹ ਵੇਖਦੇ ਹਨ ਚੋਣਾਂ ਦੇ ਵਿੱਚ ਮੈਂਬਰ ਕਿਵੇਂ ਉਹਨਾਂ ਨੂੰ ਸਹਿਯੋਗ ਦਿੰਦੇ ਆ, ਕਿੰਨੀ ਸਪੋਰਟ ਕਰਦੇ ਆ। ਇਹ ਤਾਂ ਮੁੱਖ ਤੌਰ 'ਤੇ ਗੱਲਾਂ ਸੀਗੀਆਂ ਕਿ ਮੈਂ ਤੁਹਾਨੂੰ ਦੱਸਤੀਆਂ ਹੈਗੀਆਂ, ਅਤੇ ਹੋਰ ਵੇਖ ਲੈਂਦੇ ਹਾਂ ਕੀ ਖਾਸ ਗੱਲ ਦੱਸੀ ਜਾ ਸਕਦੀ ਆ। ਹਾਂਜੀ, ਇਹਨਾਂ ਨੇ ਐਤਕੀ ਪਹਿਲੀ ਵਾਰੀ ਇਨ ਦੀ ਹਿਸਟਰੀ ਆਫ ਦੀ ਕਲੱਬ ਲਿਟ ਫੈਸਟ ਕਰਾਇਆ। ਲਿਟ ਫੈਸਟ ਜਰਨਲਿਸਟ ਦਾ ਲਿਟ ਫੈਸਟ, ਜਿਹਦੇ ਵਿੱਚ 15 ਗੈਸਟ ਜਿਹੜੇ ਕਿ ਜਿਨ੍ਹਾਂ ਨੇ ਲੇਖਕ ਸੀ, ਉੱਗੇ ਕੰਮ ਕੀਤੇ, ਉਹਨਾਂ ਨੂੰ 3 ਦਿਨ ਦੇ ਲਈ ਇੱਥੇ ਬੁਲਾ ਕੇ ਟੋਪਿਕਸ ਦਿੱਤੇ ਗਏ ਅਤੇ ਬਹਿਸ ਕੀਤੀ ਗਈ, ਉਹਨਾਂ ਦੀ ਗੱਲਬਾਤ ਸੁਣੀ ਗਈ। ਇਸ ਲਿਟ ਫੈਸਟ ਦੇ ਵਿੱਚ ਖਰਚਾ ਨਹੀਂ ਕੀਤਾ ਕਲੱਬ ਨੇ, ਇਹਨਾਂ ਨੇ ਸਰਕਾਰ ਤੋਂ ਪੈਸੇ ਵੀ ਨਹੀਂ ਮੰਗੇ, ਕੋਈ ਗ੍ਰਾਂਟ ਨਹੀਂ ਮੰਗੀ, ਇਹਨਾਂ ਨੇ ਪ੍ਰਾਈਵੇਟ ਸਪੋਂਸਰਸ ਤੋਂ ਸਪੋਂਸਰਸ਼ਿਪ ਲਈ, ਅਤੇ 2.5 ਲੱਖ ਰੁਪਈਆ ਕਲੱਬ ਨੇ ਲਿਟ ਫੈਸਟ ਤੋਂ ਕਮਾਈ ਕੀਤੀ। ਹੁਣ ਅਖੀਰਲੀਆਂ ਕੁਛ 2-4 ਗੱਲਾਂ, ਅਤੇ ਉਦੋਂ ਬਾਅਦ ਤੁਹਾਨੂੰ ਇੰਟਰਵਿਊ ਸੁਣਾਵਾਂਗੇ। ਸੌਰਭ ਦੁੱਗਲ ਜਿਹੜੇ ਕਿ ਪ੍ਰੈਸ ਕਲੱਬ ਦੇ 2 ਸਾਲ ਤੋਂ ਲਗਾਤਾਰ ਪ੍ਰਧਾਨ ਚੱਲੇ ਆਉਂਦੇ ਆ, ਐਤਕੀ ਆਪਣਾ ਜਿਹੜਾ ਪਦਵੀ ਛੱਡ ਰਹੇ ਆ, ਅਤੇ ਉਹਨਾਂ ਦੀ ਟੀਮ ਦੇ ਬੰਦੇ ਹੋਰ ਖੜ੍ਹੇ ਹੋਏ ਆ, ਉਹ ਤੁਹਾਨੂੰ ਪਤਾ ਲੱਗ ਜੂਗਾ ਆਉਣ ਵਾਲੇ ਦਿਨਾਂ 'ਚ। ਅਤੇ ਸੌਰਭ ਦੁੱਗਲ ਨਾਲ ਮੈਂ ਕੰਮ ਕੀਤਾ ਹਿੰਦੁਸਤਾਨ ਟਾਈਮਸ ਦੇ ਵਿੱਚ, ਅਤੇ ਉਹਦੇ ਨਾਲ ਇੰਟਰਵਿਊ ਤੁਹਾਨੂੰ ਕਰਾਂਗੇ, ਸੁਣਾਵਾਂਗੇ। 500 ਪ੍ਰੈਸ ਕਾਨਫਰੰਸਿਸ ਇਸ ਕਲੱਬ 'ਚ ਇਸ ਸਾਲ ਹੋਈਆਂ, ਔਰ ਪ੍ਰੈਸ ਕਾਨਫਰੰਸ ਤੋਂ ਕਮਾਈ ਹੁੰਦੀ ਹੈ ਕਲੱਬ ਨੂੰ। ਅਤੇ ਤੁਹਾਨੂੰ ਇਹ ਦੱਸਦੇ ਹਾਂ ਕਿ ਅੱਗੇ ਇਹ ਇੱਕ ਟ੍ਰੈਂਡ ਬਣ ਚੱਲਿਆ ਸੀ ਕਿ ਲੋਕ ਪ੍ਰੈਸ ਕਾਨਫਰੰਸ ਕਰਨ ਲਈ ਹੋਟਲ ਚੁਣਦੇ ਸੀ, ਮਹਿੰਗੇ ਹੋਟਲ, ਪਰ ਹੁਣ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਪ੍ਰਬੰਧ ਇੰਨਾ ਵਧੀਆ ਹੋ ਗਿਆ, ਫੂਡ ਸਾਰਾ ਕੁਛ, ਚਾਹ ਕੌਫੀ ਬਹੁਤ ਅੱਛਾ ਹੋ ਗਿਆ, ਔਰ ਇਹ ਕਲੱਬ ਜਿਹੜਾ ਹੋਟਲ ਨਾਲੋਂ ਸਸਤਾ ਪੈਂਦਾ ਪ੍ਰੈਸ ਕਾਨਫਰੰਸ ਲਈ। ਅਤੇ 500 ਪ੍ਰੈਸ ਕਾਨਫਰੰਸਿਸ ਇੱਥੇ ਹੋ ਚੁੱਕੀਆਂ ਇਸ ਸਾਲ ਦੇ ਵਿੱਚ। ਫਿਰ ਇੱਥੇ ਮੈਡੀਕਲ ਕੈਂਪਸ ਲਾਏ ਗਏ, ਅੱਗੇ ਮੈਡੀਕਲ ਕੈਂਪ ਦੇ ਵਿੱਚ ਚੈੱਕ ਕਰਕੇ ਚਲੇ ਜਾਂਦੇ ਸੀ ਡਾਕਟਰ, ਹੁਣ ਇਹਨਾਂ ਨੇ ਕਿਹਾ ਹੋਸਪਿਟਲਸ ਨੂੰ ਨਥਿੰਗ ਡੂਇੰਗ, ਤੁਸੀਂ ਜੇ ਟੈਸਟ ਕਰਦੇ ਹੋ ਆਪਣਾ ਚੈੱਕ ਕਰਦੇ ਹੋ, ਤਾਂ ਟੈਸਟ ਵੀ ਤੁਸੀਂ ਫਰੀ ਆਫ ਕੋਸਟ ਆਪਣੀਆਂ ਲੈਬਸ ਦੇ ਵਿੱਚ ਹਸਪਤਾਲ ਜਾ ਕੇ ਸਾਡੇ ਬੰਦਿਆਂ ਦੇ ਕਰੋ, ਉਹ ਹੋ ਰਹੇ ਆ। ਅਤੇ ਹੋਰ ਕਈ ਪ੍ਰਾਪਤੀਆਂ ਨੇ, ਸਪੋਰਟਸ ਈਵੈਂਟਸ ਹੁੰਦੇ ਰਹੇ ਆ, ਵਰਕਸ਼ਾਪਸ ਜਿਹੜੀਆਂ ਰੈਗੂਲਰ ਹੁੰਦੀਆਂ ਰਹੀਆਂ। ਅਤੇ ਇਸ ਕਲੱਬ ਨੇ ਹੁਣ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਿਹੜੇ ਮੇਨ ਮੁੱਦੇ ਚੰਡੀਗੜ੍ਹ ਦੇ ਜਾਂ ਪੱਤਰਕਾਰ ਨਾਲ ਜੁੜੇ ਹੋਏ, ਉਹਨਾਂ ਦੇ ਵਿੱਚ ਸਰਗਰਮੀ ਨਾਲ ਹਿੱਸਾ ਲਏਗਾ, ਯਾਨੀ ਕਿ ਐਕਟਿਵ ਪਾਰਟੀਸਪੇਸ਼ਨ ਕਰੇਗਾ। ਜੇ ਕਿਸੇ ਪੱਤਰਕਾਰ ਨਾਲ ਕਿਤੇ ਵੀ ਧੱਕਾ ਹੁੰਦਾ, ਔਰ ਉਹ ਪੱਤਰਕਾਰ ਦੀ ਗਲਤੀ ਕੋਈ ਨਹੀਂ, ਕਸੂਰ ਕੋਈ ਨਹੀਂ, ਤਾਂ ਉਹਦੇ ਨਾਲ ਇੱਕ ਕਲੱਬ ਖੜਿਆ ਕਰੇਗਾ। ਐਂਡ ਇਹ ਕਮਿਟਮੈਂਟ ਉਹਨਾਂ ਨੇ ਪੰਜਾਬ ਦਸਤਾਵੇਜ਼ ਨੂੰ ਵੀ ਦਿੱਤੀ ਹੈ, ਅਤੇ ਇਹ ਅਸੀਂ ਜਨਤਕ ਕਰ ਰਹੇ ਹਾਂ। ਸੋ ਇਹ ਜਿਹੜੀ ਚੋਣ ਹੈਗੀ ਆ, ਇਹ ਆਮ ਚੋਣਾਂ ਵਰਗੀ ਚੋਣ ਹੈਗੀ ਹੈ, ਜਿਵੇਂ ਤੁਸੀਂ ਵੇਖਦੇ ਹੋ ਸ਼ਹਿਰਾਂ ਦੇ ਵਿੱਚ ਹੁਣ ਚੋਣਾਂ ਆਉਣੀਆਂ, ਜਨਰਲ ਇਲੈਕਸ਼ਨ, ਇਹਦੇ ਵਿੱਚ ਇੱਕ ਦੂਜੇ ਦੇ ਵਿਰੁੱਧ ਭੰਡੀ ਪ੍ਰਚਾਰ ਵੀ ਹੁੰਦਾ,
ਸੱਚ ਝੂਠ ਬੋਲ ਕੇ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ, ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇੱਥੇ ਇੱਕ ਇਲਜ਼ਾਮ ਦੂਜੀ ਪਾਰਟੀ ਨੇ, ਦੂਜੀ ਧਿਰ ਨੇ ਲਾਇਆ ਕਿ ਕੁਛ ਲੋਕ ਸਰਕਾਰੀ ਮਕਾਨ ਵੱਧ ਲੈ ਗਏ ਕੋਟੇ ਤੋਂ, ਜਿਹੜਾ ਪਰਮਿਟਡ ਕੋਟਾ। ਹਾਈ ਕੋਰਟ ਨੇ ਇੱਕ ਪੋਲਿਸੀ ਬਣਾਈ ਸੀ ਕਿ ਪੱਤਰਕਾਰਾਂ ਨੂੰ ਇੰਨੇ ਪਰਸੈਂਟ ਮਕਾਨ ਦੇ ਸਕਦੀਆਂ ਸਰਕਾਰਾਂ, ਪੰਜਾਬ, ਹਰਿਆਣਾ ਜਾਂ UT ਐਡਮਿਨਿਸਟ੍ਰੇਸ਼ਨ। ਸੋ ਇਲਜ਼ਾਮ ਹੈ ਕਿ ਕੁਛ ਪੱਤਰਕਾਰਾਂ ਨੇ ਇਸ ਪੋਲਿਸੀ ਦੀ ਉਲੰਘਣਾ ਕੀਤੀ ਆ, ਪ੍ਰਸ਼ਾਸਨ ਨਾਲ ਮਿਲ ਕੇ ਜਾਂ ਸਰਕਾਰਾਂ ਨਾਲ ਮਿਲ ਕੇ, ਔਰ ਨਜਾਇਜ਼ ਫਾਇਦੇ ਲਏ ਆ। ਇਹਦੇ ਲਈ ਅਸੀਂ ਇਹਦੀ ਘੋਖ ਕਰਾਂਗੇ ਔਰ ਲੋੜ ਪੈਣ 'ਤੇ ਸਰਕਾਰਾਂ ਨਾਲ, UT ਐਡਮਿਨਿਸਟ੍ਰੇਸ਼ਨ ਨਾਲ ਮੈਟਰ ਚੇਕਅਪ ਕਰਾਂਗੇ, ਔਰ ਉਹਨਾਂ ਪੱਤਰਕਾਰਾਂ ਨੂੰ ਵੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਪੋਲਿਸੀ ਦੇ ਵਿਰੋਧ ਵਿੱਚ ਮਕਾਨ ਅਲੋਟ ਕਰਾਏ, ਜਿਵੇਂ ਤਿਵੇਂ ਵੀ ਕਰਾਏ, ਉਹ ਖੁਦ ਬਖੁਦ ਖਾਲੀ ਕਰ ਦੇਣ ਤਾਂ ਬਹੁਤ ਚੰਗੀ ਗੱਲ ਆ, ਨਹੀਂ ਤਾਂ ਵੀ ਮਾਈ ਟੇਕ ਦੀ ਮੈਟਰ ਟੂ ਦੀ ਹਾਈ ਕੋਰਟ ਇਨ ਦੀ ਫੋਰਮ ਆਫ ਪਬਲਿਕ ਇੰਟਰਸਟ ਲਿਟੀਗੇਸ਼ਨ। ਇਹ ਮੈਂ ਤੁਹਾਨੂੰ ਵਾਅਦਾ ਕਰ। ਹੁਣ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਸੌਰਵ ਦੁੱਗਲ ਨਾਲ, ਜਿਹੜੇ ਕਿ ਪਿਛਲੇ 2 ਸਾਲ ਤੋਂ ਇਸ ਕਲੱਬ ਦੇ ਪ੍ਰਧਾਨ ਨੇ। ਇਹ ਸਪੋਰਟਸ ਰਿਪੋਰਟਰ ਹੈ ਜੀ, ਔਰ ਇਹਨਾਂ ਨੇ ਟਾਈਮਸ ਆਫ ਇੰਡੀਆ, ਹਿੰਦੁਸਤਾਨ ਟਾਈਮਸ ਦੇ ਨਾਲ ਕੰਮ ਕੀਤਾ। ਅੱਜ ਕੱਲ੍ਹ ਇਹ ਆਪਣਾ ਚੈਨਲ ਵੀ ਚਲਾਉਂਦੇ ਆ, ਅਤੇ ਇਹਨਾਂ ਦਾ ਜਿਹੜਾ ਮੋਟਿਵ ਆ, ਇਹ ਪਿੰਡਾਂ ਦੇ ਅੰਡਰ ਪ੍ਰਿਵਿਲੇਜ ਸਪੋਰਟਸ ਪਰਸਨਸ ਨੂੰ ਉਭਾਰਦੇ ਆ, ਅੱਗੇ ਲੈ ਕੇ ਆਉਂਦੇ ਆ, ਅਤੇ ਜਿਹੜੇ ਬੱਚੇ ਗਰੀਬ ਆ ਉਹਨਾਂ ਦੀ ਫਿਰ ਇਹ ਪਰਵਰਿਸ਼ ਵੀ ਕਰਦੇ ਨੇ ਸਪੋਰਟਸ ਦੇ ਨਜ਼ਰੀਏ ਨਾਲ, ਆਪਣੇ ਚੈਨਲ 'ਤੇ ਲੈ ਕੇ ਆਉਂਦੇ ਨੇ, ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਆ। ਇੱਕ ਬਹੁਤ ਵਧੀਆ ਸੇਵਾ ਸਪੋਰਟਸ ਦੇ ਖੇਤਰ ਵਿੱਚ ਐਜ਼ ਅ ਸਪੋਰਟਸ ਜਰਨਲਿਸਟ ਨਿਭਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਸਰ। ਸੌਰਵ ਜੀ, ਤੁਸੀਂ ਮੈਨੂੰ ਦੱਸੋ, ਕਲੱਬ ਦੀਆਂ ਪ੍ਰਾਪਤੀਆਂ ਤੁਹਾਡੀਆਂ ਮੈਂ ਆਲਮੋਸਟ ਗਿਣਾਤੀਆਂ, ਕੋਈ ਤੁਸੀਂ ਖਾਸ ਕਰਕੇ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਦੂਜੇ ਗਰੁੱਪ ਨਾਲੋਂ ਕਿਸ ਤਰ੍ਹਾਂ ਡਿਫਰੈਂਟ ਹੋ, ਅਤੇ ਤੁਹਾਡੇ ਗਰੁੱਪ ਨੂੰ ਚੋਣਾਂ ਦੇ ਵਿੱਚ ਜਿੱਤ ਕਿਉਂ ਮਿਲਣੀ ਚਾਹੀਦੀ ਆ, ਲੌਜਿਕ ਕੀ ਆ? ਸਰ, ਜਦੋਂ ਇਹ ਕਲੱਬ ਬਣਿਆ 1980 'ਚ, ਜਦੋਂ ਇਹ ਪ੍ਰਮਾਈਸਿਸ ਮਿਲਿਆ, ਤਾਂ ਉਸ ਟਾਈਮ ਜੋ ਵੀ ਪ੍ਰੈਜ਼ੀਡੈਂਟ ਰਿਹਾ ਜਾਂ ਜਿਹੜੀ ਵੀ ਗਵਰਨਿੰਗ ਕੌਂਸਲ ਰਹੀ, ਉਹਨਾਂ ਨੇ ਆਪਣੀ ਜੋ ਵੀ ਕੰਟਰੀਬਿਊਸ਼ਨ ਕੀਤੀ ਹੈ, ਤਾਂ ਮੈਂ ਗੱਲ ਆਪਣੇ 2 ਸਾਲ ਦੀ ਕਰ ਸਕਦਾ ਕਿ 2 ਸਾਲ ਐਜ਼ ਆ ਪ੍ਰੈਜ਼ੀਡੈਂਟ ਇੱਕ ਕਲੱਬ 'ਚ ਮੈਂ ਕੀ ਕੰਟਰੀਬਿਊਟ ਕੀਤਾ, ਜਾਂ ਸਾਡੀ ਟੀਮ ਨੇ, ਕਿਉਂਕਿ ਠੀਕ ਹੈ ਪ੍ਰੈਜ਼ੀਡੈਂਟ ਦਾ ਨਾਮ ਸਾਹਮਣੇ ਆਉਂਦਾ, ਬਟ ਇੱਕ ਟੀਮ ਵਰਕ ਹੁੰਦਾ। ਤਾਂ ਇਹਦੇ 'ਚ ਜਿਹੜੀ ਤੋਂ ਮੈਂ ਸਭ ਤੋਂ ਵੱਡੀ ਪ੍ਰਾਪਤੀ ਕਹਿੰਦਾ ਹਾਂ ਆਪਣੀ ਟੀਮ ਦੀ, ਉਹ ਹੈਗੀ ਸੋਲਰ ਪਾਵਰ ਪਲਾਂਟ ਦੀ ਇੰਸਟਾਲੇਸ਼ਨ। 95 ਕਿਲੋ ਵਾਟ ਕੀਤਾ, ਉਹਦੇ ਵਾਸਤੇ ਸਾਨੂੰ ਗ੍ਰਾਂਟ ਮਿਲੀ ਸੀ ਪੰਜਾਬ ਗਵਰਨਰ ਡਿਸਕ੍ਰਿਸ਼ਨਰੀ ਫੰਡ ਤੋਂ, ਉਹਦਾ ਪ੍ਰਿੰਸੀਪਲ ਅਮਾਊਂਟ, ਤਾਂ ਕੋਈ ਕਲੱਬ ਨੂੰ ਲੋਡ ਨਹੀਂ ਪਿਆ। ਤਾਂ 95 ਕਿਲੋ ਵਾਟ ਜਿਹੜੀ ਸੋਲਰ ਪਲਾਂਟ ਹੈ, ਇਹ ਲਗਭਗ 90% ਜਿਹੜਾ ਸਾਡੀ ਕਲੱਬ ਦੀ ਇਲੈਕਟ੍ਰੀਸਿਟੀ ਬਿੱਲ ਨੂੰ ਮੀਟ ਕਰੇਗਾ, ਤਾਂ ਲਗਭਗ ਕਲੱਬ ਨੂੰ 8 ਤੋਂ 9 ਲੱਖ ਰੁਪਇਆ ਸਾਲ ਦਾ ਇੱਕ ਬੈਨੀਫਿਟ ਹੋਏਗਾ। ਤਾਂ ਇੱਕ ਇਹ ਵੱਡੀ ਕੰਟਰੀਬਿਊਸ਼ਨ ਹੈ ਇਨ ਟਰਮਸ ਆਫ ਕਲੱਬ ਨੂੰ ਫਾਈਨੈਂਸ਼ਲੀ ਸਟਰੈਂਥਨ ਕਰਨ ਦੀ, ਔਰ ਪਲੱਸ ਇੱਕ ਗ੍ਰੀਨ ਇਨਵਾਇਰਮੈਂਟ 'ਚ ਪ੍ਰੈਸ ਕਲੱਬ ਦੀ ਕੰਟਰੀਬਿਊਸ਼ਨ। ਉਹਦੇ ਇਲਾਵਾ ਇੱਕ ਕੰਟਰੀਬਿਊਸ਼ਨ ਜਿਹੜੀ ਮੈਂ ਆਪਣੀ ਟੀਮ ਦੀ ਮੰਨਦਾ, ਔਰ ਡਿਊਰਿੰਗ ਮਾਈ ਟੈਨਿਊਰ ਐਜ਼ ਅ ਪ੍ਰੈਜ਼ੀਡੈਂਟ, ਤੁਸੀਂ ਪਿੱਛੇ ਵਾਸ਼ਰੂਮ ਦੇਖ ਰਹੇ ਹੋ, ਇਹ ਬੇਸਿਕਲੀ ਇਨਕਲੂਸਿਵਿਟੀ ਦੇ ਇੱਕ ਸਿੰਬਲ ਹੈ ਕਿ ਇਹਦੇ 'ਚ ਮੈਨ ਦਾ ਵਾਸ਼ਰੂਮ ਡਿਫਰੈਂਟ ਹੈ, ਵੂਮੈਨ ਦਾ ਹੈਗਾ, ਜੈਂਡਰ ਨਿਊਟਰਲ ਹੈ, ਵੀਲਚੇਅਰ ਐਕਸੈਸਿਬਿਲਿਟੀ ਹੈ। ਔਰ ਤੁਸੀਂ ਇਹ ਵਾਲ ਆਰਟ ਜਿਹੜਾ ਦੇਖ ਰਹੇ ਹੋ, ਇਹ ਹਰ ਵੀ ਆਪਣੇ ਆਪ 'ਚ ਇੱਕ ਸਿੰਬਲ ਹੈ ਕਿ ਇਹਦੇ 'ਚ ਜੈਂਡਰ ਡਿਸਪੈਰਿਟੀ ਹੈ, ਇਕੁਐਲਿਟੀ ਅਮੰਗ ਵੂਮੈਨ ਹੈ, LGBT ਦਾ ਜਿਹੜਾ ਰਾਈਟ ਹੈ, ਰੇਨਬੋ ਜਿਹੜਾ ਉਹਨਾਂ ਦਾ ਸਿੰਬਲ ਹੈ ਉਹ ਹੈ, ਵੀਲਚੇਅਰ ਐਕਸੈਸਿਬਿਲਿਟੀ ਨੂੰ ਵੀ ਇੱਕ ਇੰਪਾਵਰ ਕਰ ਰਿਹਾ ਡਿਫਰੈਂਟਲੀ ਏਬਲਡ ਲੋਕਾਂ ਨੂੰ, ਔਰ ਕਈ ਵਾਰੀ ਰੀਜਨ ਬੇਸਡ ਵੀ ਜਿਹੜੇ ਹੈ ਬਾਇਸਿਸ ਹੁੰਦੇ ਹੈ ਕਿ ਲੋਕਾਂ ਨੂੰ ਉਹਦੀ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਦੇ ਵਾਸਤੇ ਉਹਨੂੰ ਇੱਕ ਤੁਸੀਂ ਕਹੋ ਕਿ
ਚਲੋ ਮਤਲਬ ਉਹਨੂੰ ਅਸੀਂ ਡਿਫਰੈਂਟ ਕਰ ਦਿੰਦੇ ਹਾਂ ਜਾਂ ਉਹਨੂੰ ਸਾਈਡ 'ਚ ਕਰ ਦਿੰਦੇ ਹਾਂ ਤਾਂ ਉਹ ਵੀ ਇੱਕ ਕਿਉਂਕਿ ਅੱਛਾ ਮੈਨੂੰ ਇਹ ਦੱਸੋ ਇੱਕ ਹੁਣੇ ਗੱਲਬਾਤ ਕਰਦੇ ਹੋਏ ਸਟੋਰੀ ਕਰਦੇ ਹੋਏ ਇੱਕ ਇਸ਼ੂ ਉੱਠਿਆ ਕਿ ਕੁਛ ਜਰਨਲਿਸਟ ਨੇ ਕਿਸੇ ਮੈਂ ਗਰੁੱਪ ਦਾ ਨਾਂ ਨਹੀਂ ਲੈਂਦਾ ਉਹਨਾਂ ਨੇ ਜਿਹੜੀ ਪੋਲਿਸੀ ਆ ਹਾਈਕੋਰਟ ਵੱਲੋਂ ਬਣਾਈ ਸਰਕਾਰੀ ਮਕਾਨਾਂ ਲਈ ਉਹ ਗਿਣਤੀ ਦੇ ਦੱਸ ਰਹੇ ਸੀ ਵੀ 6 ਜਰਨਲਿਸਟ ਇਹੋ ਜਿਹੇ ਨੇ ਜਿਨ੍ਹਾਂ ਨੇ ਓਵਰ ਐਂਡ ਅਬਵ ਪੋਲਿਸੀ ਨੂੰ ਵਾਇਲੇਟ ਕਰਕੇ ਸਰਕਾਰੀ ਮਕਾਨ ਧੱਕੇ ਨਾਲ ਅਲੋਟ ਕਰਾਏ ਆ ਉਹਦੇ ਬਾਰੇ ਕੁਛ ਦੱਸਣਾ ਚਾਹੋਗੇ ਤੁਸੀਂ ਕਿਹੜੇ ਈਅਰ ਦੀ ਗੱਲ ਇਹ ਈਅਰ ਕਹਿੰਦੇ ਰੀਸੈਂਟਲੀ ਹੋਇਆ ਜੀ ਚੰਡੀਗੜ੍ਹ 'ਚ ਰੀਸੈਂਟਲੀ 8 ਜਰਨਲਿਸਟਾਂ ਨੂੰ ਮਕਾਨ ਮਿਲੇ ਆ ਔਰ ਉਸ ਕਮੇਟੀ 'ਚ ਮੈਂ ਖੁਦ ਵੀ ਸੀਗਾ ਔਰ ਇੱਕ ਐਜ਼ ਆ ਪ੍ਰੈਸ ਕਲੱਬ ਪ੍ਰੈਜ਼ੀਡੈਂਟ ਸਪੈਸ਼ਲ ਇਨਵਾਈਟੀ ਸੀਗਾ ਤਾਂ 8 ਜਰਨਲਿਸਟ ਜਿਨ੍ਹਾਂ ਨੂੰ ਮਕਾਨ ਮਿਲੇ ਹੈ ਲਾਸਟ ਈਅਰ ਦੀ ਗੱਲ ਹੈ ਉਹ ਸਭ ਨੂੰ ਐਸ ਪਰ ਪੋਲਿਸੀ ਮਿਲੇ ਹੈ ਜਿਹੜੀ ਐਡਮਿਨਿਸਟ੍ਰੇਸ਼ਨ ਵੱਲੋਂ ਪੋਲਿਸੀ ਹੈ ਉਹਨਾਂ ਨੇ ਜੋ ਜੋ ਉਹਦੇ 'ਚ ਟਰਮਸ ਐਂਡ ਕੰਡੀਸ਼ਨ ਰੱਖੀ ਗਈ ਸੀ ਉਹ ਟਰਮਸ ਐਂਡ ਕੰਡੀਸ਼ਨ ਫੁਲਫਿਲ ਹੋਈ ਉਹਨਾਂ ਨੇ ਇੱਕ ਉਹਦੀ ਲਿਸਟ ਬਣਾਈ ਸੀ ਉਹ ਲਿਸਟ ਦੇ ਹਿਸਾਬ ਨਾਲ ਨਿਊਜ਼ ਪੇਪਰ ਦੀ ਕ੍ਰਾਈਟੀਰੀਆ ਕਿਉਂਕਿ ਕੋਟਾ ਹੁੰਦਾ ਨਿਊਜ਼ ਪੇਪਰ ਕੋਟਾ ਹੁੰਦਾ ਕਿ ਹਰ ਨਿਊਜ਼ ਪੇਪਰ ਨੂੰ 2 ਦਾ ਮਿਲਣਾ ਤਾਂ ਉਹਦੇ ਹਿਸਾਬ ਨਾਲ ਹੀ ਉਹ ਜਿਹੜੀ ਹੈ ਹਾਈਕੋਰਟ ਨੇ ਬਣਾਈ ਹੋਈ ਹੈ ਹਾਂ ਲੇਕਿਨ ਜੋ ਮਤਲਬ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਜਿਹੜਾ ਫੋਲੋ ਕਰਦਾ ਹੈ ਜਿਸ ਨੂੰ ਉਹ 100% ਐਸ ਪਰ ਪੋਲਿਸੀ ਦੇ ਹਿਸਾਬ ਨਾਲ ਔਰ ਐਸ ਪਰ ਜਿਹਦਾ ਰਾਈਟ ਸੀ ਉਹਨੂੰ ਉਹ ਮਕਾਨ ਮਿਲਿਆ ਮੈਂ ਇੱਥੇ ਸ਼ੋਰ ਕਰਦਾ ਕਿ ਤੁਹਾਡੇ ਸਹਿਯੋਗ ਨਾਲ ਜੇ ਹਾਈਕੋਰਟ ਵੱਲੋਂ ਬਣਾਈ ਗਈ ਪੋਲਿਸੀ ਕਿਸੇ ਨੇ ਵੀ ਵਾਇਲੇਟ ਕਿਤੇ ਵੀ ਕੀਤੀ ਆ ਬਿਕੋਜ਼ ਮੈਨੂੰ ਯਾਦ ਹੈ ਉਹਨਾਂ ਇੰਡੀਅਨ ਐਕਸਪ੍ਰੈਸ ਦੇ ਦਿਨਾਂ 'ਚ ਇੱਕ ਸਾਡੀ ਜਰਨਲਿਸਟ ਸੀ ਲੜਕੀ ਚੰਦਰ ਸੁਤਾ ਡੋਗਰਾ ਉਹਨੇ ਇਹ ਸਟੋਰੀ ਕੀਤੀ ਸੀ ਬੜਾ ਮਸਲਾ ਭਖਿਆ ਸੀ ਅਤੇ ਹਾਈਕੋਰਟ ਨੇ ਫਿਰ ਪੋਲਿਸੀ ਤੈਅ ਕੀਤੀ ਸੀ ਐਪਲੀਕੇਬਲ ਪੰਜਾਬ ਹਰਿਆਣਾ ਅਤੇ UT ਦੇ ਉੱਤੇ ਵੀ ਸੋ ਉਸਨੂੰ ਅਸੀਂ ਰੀਵਿਜ਼ਿਟ ਕਰਾਂਗੇ ਔਰ ਵੇਖ ਲਾਂਗੇ ਜੇ ਕੋਈ ਵਾਇਲੇਸ਼ਨ ਕਿਸੇ ਨੂੰ ਗਲਾ ਸ਼ਿਕਵਾ ਹੈਗਾ ਕਿ ਪ੍ਰੈਸ ਕਲੱਬ ਨੇ ਦਵਾ 'ਤੇ ਜਾਂ ਧੱਕੇ ਨਾਲ ਕੋਈ ਲੈ ਗਿਆ ਹੈਗਾ ਉਹ ਜਿਹੜੀ ਅਨੋਮਲੀ ਆ ਉਹ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂ ਉਹਦੇ 'ਚ ਮੈਂ ਸਰ ਮੈਂ ਤੁਹਾਡੇ ਮਾਧਿਅਮ 'ਤੇ ਬੋਲਾਂਗਾ ਕਿ ਪ੍ਰੈਸ ਕਲੱਬ ਜਿਹੜਾ ਹੈ ਕਿਉਂਕਿ ਉਹਦੇ 'ਚ ਕਮੇਟੀ ਬਣੀ ਹੋਈ ਸੀ ਡਿਫਰੈਂਟ ਨਿਊਜ਼ ਪੇਪਰਸ ਦੇ ਰਿਪ੍ਰੈਜੈਂਟੇਟਿਵ ਸੀਗੇ ਉਹਦੇ 'ਚ ਹਿੰਦੀ ਨਿਊਜ਼ ਪੇਪਰ ਇੰਗਲਿਸ਼ ਨਿਊਜ਼ ਪੇਪਰ ਔਰ ਪਲੱਸ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਆਪਣੇ ਲੋਕ ਵੀ ਸੀਗੇ ਐਂਡ ਪ੍ਰੈਸ ਕਲੱਬ ਐਜ਼ ਆ ਪ੍ਰੈਜ਼ੀਡੈਂਟ ਵਾਜ਼ ਆ ਸਪੈਸ਼ਲ ਇਨਵਾਈਟੀ ਤਾਂ ਉਹ ਉਹਦੇ ਸੀ ਤਾਂ ਸਭ ਨੂੰ ਜਿਹੜਾ ਹੈ ਐਸ ਪਰ ਰੂਲਸ ਮਿਲੇ ਆ ਸਰ ਐਸ ਇਫ ਦੇਰ ਇਜ਼ ਐਨੀ ਅਨੋਮਲੀ ਵੀ ਵਿਲ ਸੈਟ ਇਟ ਰਾਈਟ ਤੇ ਅਸੀਂ ਹੋਰ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਇੱਕ ਵਿਸ਼ਾ ਉੱਠਦਾ ਕਿ ਜੀ ਪੰਜਾਬੀ ਨੌਨ ਪੰਜਾਬੀ ਹਿੰਦੀ ਇਹ ਇਸ ਕਿਸਮ ਦਾ ਵਿਤਕਰਾ ਪਾਉਣ ਦੀ ਕੋਸ਼ਿਸ਼ ਵੀ ਡਿਊਰਿੰਗ ਕੈਂਪੇਨ ਕੁਛ ਤਾਕਤਾਂ ਕਰਦੀਆਂ ਇਹਦੇ ਬਾਰੇ ਤੁਹਾਡਾ ਵਟ ਇਜ਼ ਯੋਰ ਵਿਊ ਔਨ ਦਿਸ ਸਰ ਦੇਖੋ ਜਦੋਂ ਅਸੀਂ ਜਰਨ ਐਜ਼ ਅ ਜਰਨਲਿਸਟ ਗੱਲ ਕਰਦੇ ਹਾਂ ਅਸੀਂ ਕਹਿੰਦੇ ਕਿ ਸੋਸਾਇਟੀ ਇਜ਼ ਐਟ ਪਾਰ ਅਸੀਂ ਇਨਕਲੂਸਿਵਿਟੀ ਦੀ ਗੱਲ ਕਰਦੇ ਹਾਂ ਤਾਂ ਜਦੋਂ ਇਨਕਲੂਸਿਵਿਟੀ ਦੀ ਗੱਲ ਹੋ ਗਈ ਤਾਂ ਉਹਦੇ 'ਚ ਸਾਰੇ ਲੋਕ ਆ ਗਏ ਕਿਉਂਕਿ ਅਸੀਂ ਕਹਿੰਦੇ ਸਾਰੀ ਜਾਤੀ ਧਰਮ ਪ੍ਰਾਂਤ ਤਾਂ ਸਭ ਦੇ ਲੋਕ ਬਰਾਬਰ ਹੈ ਤਾਂ ਇਸ ਲਈ ਜਦੋਂ ਅਸੀਂ ਜਰਨਲਿਸਟ ਕੋਈ ਬਣਦਾ ਇੱਥੇ ਤਾਂ ਨੌਕਰੀ ਦੇਖਦੇ ਹੋਏ ਇਹ ਦੇਖਦੇ ਹਾਂ ਕਿ ਉਹ ਉਹਦੇ ਕੋਲ ਉਸ ਅਦਾਰੇ 'ਚ ਕੰਮ ਕਰਨ ਦੀ ਕੇਪੇਬਿਲਿਟੀ ਹੈ ਉਹਦੇ ਕੋਲ ਐਜ਼ ਅ ਜਰਨਲਿਸਟ ਉਹ ਸਕਿੱਲਸ ਹੈਗੇ ਆ ਅਸੀਂ ਇਹ ਨਹੀਂ ਦੇਖਦੇ ਕਿ ਕਿਹੜੀ ਉਹ ਜਾਤੀ ਤੋਂ ਹੈ ਕਿਹੜੇ ਧਰਮ ਤੋਂ ਹੈਗੀ ਆ ਜਾਂ ਕਿਸ ਕਾਸਟ ਤੋਂ ਬੰਦਾ ਹੈਗਾ ਤਾਂ ਇਸ ਲਈ ਇਹ ਚੀਜ਼ਾਂ ਨਹੀਂ ਆਉਣੀ ਚਾਹੀਦੀ ਔਰ ਅਸੀਂ ਅਗਰ ਤੁਸੀਂ ਇਹ ਵਾਲ ਨੂੰ ਦੇਖੋ ਸਰ ਇਹਦੇ ਚੰਡੀਗੜ੍ਹ ਦਾ ਸਿੰਬਲ ਹੈ ਓਪਨ ਟੂ ਗਿਵ ਓਪਨ ਟੂ ਰਿਸੀਵ ਇਹ ਹਰ ਵਾਰੀ ਲੜਾਈ ਹੁੰਦੀ ਹੈ ਚੰਡੀਗੜ੍ਹ ਹਰਿਆਣੇ ਦਾ ਹੈ ਪੰਜਾਬ ਦਾ ਦੋਨੋਂ ਕੈਪੀਟਲ ਹੈ ਲੇਕਿਨ ਅਸੀਂ ਭੁੱਲ ਜਾਂਦੇ ਹਾਂ ਕਿ ਕੋਈ ਵੀ ਸ਼ਹਿਰ ਜਿਹੜੇ ਲੋਕ ਉੱਥੇ ਰਹਿੰਦੇ ਆ ਉਹਨਾਂ ਦਾ ਹੁੰਦਾ ਚਾਹੇ ਉਹ ਸਾਊਥ ਦੇ ਆ ਚਾਹੇ ਉਹ ਕਿਸੇ ਵੀ ਸਟੇਟ ਦੇ ਚਾਹੇ ਨੌਰਥ ਈਸਟ ਦੇ ਆ ਚਾਹੇ ਰਾਜਸਥਾਨ ਦੇ ਆ ਚਾਹੇ ਹਰਿਆਣਾ ਪੰਜਾਬ ਦੇ ਆ ਤਾਂ ਇਸ ਲਈ ਐਜ਼ ਅ ਪ੍ਰੋਫੈਸ਼ਨ ਔਰ ਈਵਨ ਅਗਰ ਡਿਊਰਿੰਗ ਦਾ ਇਲੈਕਸ਼ਨਸ ਅਗਰ ਇਹ ਗੱਲ ਆਉਂਦੀ ਹੈ ਤਾਂ ਇਹ ਗੱਲ ਕੋਈ ਵਧੀਆ ਨਹੀਂ ਹੈ ਇਹ ਚੀਜ਼ ਨਹੀਂ ਆਉਣੀ ਚਾਹੀਦੀ ਐਟਲੀਸਟ ਜਰਨਲਿਸਟਾਂ ਵੱਲੋਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਆ ਖੈਰ ਇੱਥੇ ਜੀ ਮੇਰਾ ਖਿਆਲ ਹੈ ਇਸ ਇੰਟਰਵਿਊ ਨੂੰ ਖਤਮ ਕਰਦੇ ਹਾਂ ਕਾਫੀ ਇਹਨਾਂ ਦੇ ਜਿਹੜੇ ਵਿਚਾਰ ਹੈ ਤੁਸੀਂ ਸੁਣ ਲਏ ਆ ਹੀ ਹੈਜ਼ ਮੇਡ ਹਿਜ਼ ਇੰਟੈਂਸ਼ਨਸ ਵੈਰੀ ਕਲੀਅਰ
ਅਤੇ ਵੀਡੀਓ ਦਾ ਹੁਣ ਅੰਤ ਕਰਦੇ ਹਾਂ। ਇੱਕ ਵਾਰੀ ਫਿਰ ਕਹਿ ਦਈਏ ਕਿ 31 ਤਰੀਕ ਨੂੰ ਵੋਟਾਂ ਪੈਣੀਆਂ ਅਤੇ ਉਹ ਤੋਂ ਪਹਿਲਾਂ ਜਿਹੜਾ ਹੈਗਾ ਕੈਂਪੇਨ ਚੱਲ ਰਿਹਾ, ਬਹੁਤ ਆਪਸ 'ਚ ਜ਼ੋਰਦਾਰ ਤਕਰਾਰ ਵੀ ਹੁੰਦੇ ਪੱਤਰਕਾਰਾਂ 'ਚ, ਕਿਉਂਕਿ ਇਹ ਲੋਕ ਰਾਜ ਦਾ ਇੱਕ ਹਿੱਸਾ। ਅਤੇ 31 ਤਰੀਕ ਤੋਂ ਬਾਅਦ ਅਸੀਂ ਸਾਰੇ ਇੱਕ ਵਾਰੀ ਫਿਰ ਰਚਮਿਚ ਜਾਵਾਂਗੇ, ਦੋਸਤੀ ਹੋ ਜਾਏਗੀ। ਪਰ ਟਿਲ 31 ਜਦੋਂ ਤੱਕ ਵੋਟਾਂ ਪੈ ਕੇ ਰਿਜ਼ਲਟ ਨਹੀਂ ਆਉਂਦਾ, ਉਦੋਂ ਤੱਕ ਇਹ ਇੱਥੇ ਧੜੇਬੰਦੀ ਬੜੀ ਵਿਆਪਕ ਹੋ ਜਾਂਦੀ ਹੈ। ਅਤੇ ਇਸ ਵਕਤ ਇੱਕ ਧੜੇ ਨਾਲ ਗੱਲ ਕਰ ਰਹੇ ਹਾਂ ਜਿਹੜੇ ਕਿ ਇਸ ਵਕਤ ਪ੍ਰਧਾਨ ਸੀ, ਕਿਉਂਕਿ ਅਸੀਂ ਇਹਨਾਂ ਦਾ ਜਾਇਜ਼ਾ ਲੈ ਰਹੇ ਹਾਂ। ਦੂਜੀ ਵਾਰੀ ਦੱਸਦੇ ਹਾਂ ਕਿ ਜਿਹੜਾ ਵੀ ਪ੍ਰਧਾਨ ਨੈਕਸਟ ਟਾਈਮ ਬਣਦਾ ਅਤੇ ਉਹਨੂੰ ਵੀ ਅਸੀਂ ਅਗਲੀਆਂ ਚੋਣਾਂ 'ਤੇ ਉਹਦਾ ਵੀ ਜਾਇਜ਼ਾ ਲਵਾਂਗੇ, ਉਹਦਾ ਰਿਪੋਰਟ ਕਾਰਡ ਵੀ ਤੁਹਾਡੇ ਤੱਕ ਪੇਸ਼ ਕਰਾਂਗੇ ਕਿ ਉਹਨੇ ਕਾਰਕਰਦਗੀ ਕੀ ਕੀਤੀ, ਕਿੰਨਾ ਕੁ ਉਹਨੇ ਕਲੱਬ ਨੂੰ ਡਿਵੈਲਪ ਕੀਤਾ, ਮੈਂਬਰਸ ਲਈ ਕੀ ਕੁਛ ਚੰਗਾ ਕੀਤਾ। ਜੇ ਨਹੀਂ ਚੰਗਾ ਕਰੂਗਾ ਤਾਂ ਫਿਰ ਉਹ ਵੀ ਦੱਸ ਦੇਵਾਂਗੇ। ਜੇ ਹੁਣ ਸੌਰਵ ਦੁੱਗਲ ਨੇ ਚੰਗਾ ਕੰਮ ਕੀਤਾ 2 ਸਾਲ, ਉਹ ਵੀ ਤੁਹਾਨੂੰ ਦੱਸਤਾ, ਅਤੇ ਹੀ ਡਿਜ਼ਰਵਸ ਅ ਪੈਟ ਫੋਰ ਦਿਸ। ਤੁਸੀਂ ਵਧਾਈ ਦੇ ਪਾਤਰ ਹੋ, ਚੰਗਾ ਕੰਮ ਕੀਤਾ। ਔਰ ਮੈਂ ਇਸ ਗੱਲ ਦੇ ਨਾਲ ਇਸ ਵੀਡੀਓ ਦਾ ਅੰਤ ਕਰਦਾ ਜੀ। ਮੈਨੂੰ ਰਜਿੰਦਰ ਸਿੰਘ ਤਗਰ ਨੂੰ ਆ ਗਿਆ ਦਿਓ। ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼। ਸਤਿ ਸ਼੍ਰੀ ਅਕਾਲ ਜੀ।